ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ ਨੇ। 2 ਪੁਣੇ ਵੱਲ ਜਾ ਰਹੀ ਬੱਸ ਵਿੱਚ ਕੁੱਲ 17 ਯਾਤਰੀ ਸਵਾਰ ਸਨ। ਇਹ ਸਾਰੇ ਯਾਤਰੀ ਕੋਕਣ ਖੇਤਰ ਦੇ ਗਣਪਤੀ ਗੁੜੀ ਪਿੰਡ ਤੋਂ ਭਗਵਾਨ ਗਣੇਸ਼ ਦੀ ਪੂਜਾ ਕਰਕੇ ਪੁਣੇ ਵੱਲ ਜਾ ਰਹੇ ਸਨ। ਜਾਣਕਾਰੀ ਅਨੁਸਾਰ ਕੋਲਹਾਪੁਰ ਦੇ ਰਸਤੇ ਵਿੱਚ ਸ਼ਿਵਾਜੀ ਪੁਲ ਤੋਂ ਲੰਘਦੇ ਸਮੇਂ ਡਰਾਈਵਰ ਦਾ ਬੱਸ ਦੇ ਸੰਤੁਲਨ ਵਿਗੜ ਗਿਆ ਅਤੇ ਬੱਸ ਦੀ ਡਿਵਾਈਡਰ ਨਾਲ ਟਕਰਾ ਗਏ ਨੇ। ਇਸ ਭਿਆਨਕ ਟੱਕਰ ਤੋਂ ਬਾਅਦ ਬੱਸ 45 ਫੁੱਟ ਖੁੱਲ੍ਹੇ ਪੰਚਗੰਗਾ ਨਹਿਰ ਵਿੱਚ ਜਾ ਡਿੱਗੀ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਬਚਾਓ ਦਲ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਨੇ ਅਤੇ ਰਾਹਤ ਕਾਰਜ ਜਾਰੀ ਹੈ।